ਹੈਲੋ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਸਾਰਿਆਂ ਦਾ? ਅਤੇ ਅੱਜ ਸਾਡੇ ਨਾਲ ਬਹੁਤ ਹੀ ਸਾਡੇ ਪਿਆਰੇ ਯਾਰ ਹੁਣੀ ਹੁਣ ਅਫਸਰ ਬਣ ਗਏ ਹੋਏ ਆ, ਪੰਜਾਬ ਪੁਲਿਸ 'ਚ ਹੋ ਗਏ ਹੋਣੇ ਆ ਸਾਡੇ ਜੋਬਣ ਭਾਜੀ, ਹੁਣ ਅਫੀਸ਼ੀਅਲ ਹੋ ਗਏ, ਅਫੀਸ਼ੀਅਲੀ ਹੋ ਗਏ, ਅਫੀਸ਼ੀਅਲੀ ਅਫਸਰ ਬਣ ਗਏ ਹੋਏ ਨੇ ਜੋਬਣ ਭਾਜੀ। ਅਤੇ ਅੱਜ ਘੱਟੋ ਘੱਟ ਨਹੀਂ ਤਾਂ 9 ਮਹੀਨਿਆਂ ਬਾਅਦ ਅਸੀਂ ਹੈ ਨਾ ਘੁੰਮਣ ਆਏ ਹਾਂ। ਅੱਜ ਸਾਨੂੰ ਛੁੱਟੀ ਮਿਲੀ ਹੈ, ਜੋਬਣ ਭਾਜੀ ਵੀ ਅੱਜ ਫ੍ਰੀ ਹੋਏ ਆ ਅਤੇ ਮੈਂ ਵੀ ਅੱਜ ਫ੍ਰੀ ਸੀ। ਸੋ ਅੱਜ ਸੋਚਿਆ ਅਲਫਾ ਚੱਲੇ ਘੁੰਮਣ, ਬੋਲਿੰਗ ਕਰਨ ਜਾਂ ਹੋਰ ਵੀ ਕੁਛ ਵੇਖਦੇ ਹੈ ਨਾ, ਕਿ ਜਿੰਨਾ ਸਾਨੂੰ ਖੁਸ਼ੀ ਮਿਲੀ, ਇੰਜੋਏਮੈਂਟ ਹੋਏ ਸਾਡੀ। ਹੈਲੋ ਹੈਲੋ, ਆ ਜਾਓ ਖਿਲਾਰ ਲਓ, ਆ ਜਾਓ ਆ, ਜਸ ਨਾਲ ਮਜ਼ਾਕ ਹੁੰਦਾ ਹੀ ਹੁੰਦਾ ਹਮੇਸ਼ਾ, ਆ ਜਾਓ ਆ ਜਾਓ। ਆਹੋ ਪੈ ਆ ਜਾਓ ਹੁਣ, ਫਾਈਨਲੀ ਫਾਈਨਲੀ ਆ ਜਾਓ ਆ ਜਾਓ ਆ ਜਾਓ ਆ ਜਾਓ ਆ ਜਾਓ ਆ ਜਾਓ ਆਓ ਯਾਰ, ਤੇ ਬੰਦ ਗਿਆ ਆਓ ਆਓ। ਤੇ ਜਸ ਵੀ ਆ ਗਿਆ ਹੋਇਆ ਲਾਗੇ ਹੀ, ਤੇ ਮੈਂ ਕਿਹਾ ਚਲੋ ਆ ਜਾਓ ਫਿਰ ਘੁੰਮਦੇ ਹਾਂ ਹਨਾ। ਠੀਕ ਹੋ ਕੈਮ ਜੀ? ਵਧੀਆ ਕੈਮ ਜੀ, ਸੱਚੀ ਥਕਾਵਟ ਲੱਥ ਗਈ? ਹਾਂਜੀ ਠੀਕ ਆ, ਸਾਰਾ ਦਿਨ ਪਿਆ ਹੀ ਰਿਹਾ ਮੈਂ, ਕੀ ਕੀਤਾ ਸੀ ਵਾਹ ਵਾਹ, ਕੀ ਕੀ ਨਹੀਂ ਕੀਤਾ ਹੈ ਪੰਜਾਬ ਨੂੰ। ਪਹੁੰਚ ਗਏ ਅਲਫਾ ਤੇ ਹੁਣ ਜਾਵਾਂਗੇ ਉੱਪਰ ਗਰਾਊਂਡ ਫਲੋਰ ਆਪਾਂ ਤੀਜੇ ਸਟੋਰੀ ਨਾ ਭਾਈ, ਤੀਜੇ ਫਲੋਰ ਤੇ ਆਗੇ ਸਾਡੇ ਥੱਲੇ ਨੂੰ ਤਿੰਨ ਜਾਣਾ ਹਨਾ। ਚਲੋ ਹੁਣ ਤੇ ਚੱਲੀਏ। ਵਾਏ ਵਾਏ ਜੋਰ ਭਾਈ, ਆਗੇ ਨਿਕਲ ਰਹੇ ਆ। ਯੈਸ ਜੋਰ ਭਾਈ ਦੀ ਵਾਰੀ, ਵੇਖ ਕੀ ਕਰਦੇ ਆ। ਆਪਣਾ ਟਾਈਮ ਕਿਤੇ ਮੈਨੂੰ ਪਤਾ ਨੀ, ਮੇਰੇ ਅੰਦਰ ਇੰਨਾ ਟੈਲੈਂਟ ਹੈਗਾ ਵਾ, ਸੱਚੀ ਸੱਚੀ ਮੈਂ ਹੋਤਾ ਗਲਤ ਹੋਇਆ ਮੇਰਾ।
ਵਾਰੀ ਹੋਰ ਲੋਨ ਲੱਗਿਆ ਤਾਂ ਕਿ ਜੋਨ ਭਾਈ ਹਾਂ ਥੋੜੇ ਦਿਲ ਤੇ ਲਾ ਗਏ, ਦਿਲ ਤੇ ਲਾ ਗਏ ਤਾਂ ਕਰਕੇ ਹੁਣ ਕਹਿੰਦੇ ਇੱਕ ਵਾਰੀ ਹੋਰ ਟਰਾਈ ਕਰੂੰਗਾ ਤੇ ਹੁਣ ਦੇਖਦੇ ਕੀ ਚੰਨ ਚੜਾਉਂਦੇ ਆ ਜੀ। ਜੋਬੜ ਬਾਈ ਕੀ ਗਿਆ ਸੀ? ਜੋਬੜ ਬਾਈ ਮੇਰੇ ਕਰਕੇ, ਜੋਬੜ ਬਾਈ ਮੇਰੇ ਕਰਕੇ, ਜੋਬੜ ਬਾਈ ਮੇਰੇ ਕਰਕੇ ਕਿਆ ਵੀ ਜੋਨ ਭਾਈ ਕਿਹੋ ਜਿਹਾ ਲੱਗਦਾ ਤੈਨੂੰ ਹਾਰ ਕੇ? ਦੋ ਵਾਰੀ ਹਾਰ ਕੇ ਕਿਹੋ ਜਿਹਾ ਲੱਗ ਰਿਹਾ ਤੁਹਾਨੂੰ? ਹੁਣ ਹੀ ਲੈਣ ਜਾ ਰਹੇ ਰੋਲਰ ਕੋਸਟਰ ਤੇ ਸਾਨੂੰ ਦੋ ਫ੍ਰੀ ਮਿਲੇ ਆ। ਤਿੰਨ ਵਾਰੀ ਰੋਲਰ ਕੋਸਟਰ ਲਵਾਂਗੇ ਜੁਰਾਸਿਕ ਪਾਰਕ ਵਾਲਾ, ਤੇ ਜੁਰਾਸਿਕ ਪਾਰਕ ਮੈਨੂੰ ਕੋਈ ਇੰਟਰਸਟ ਨਹੀਂ ਹੈਗਾ, ਮੈਂ ਰੋਲਰ ਕੋਸਟਰ ਲਊਂਗਾ ਵਾਲਾ। ਹੁਣ ਹੋ ਗਿਆ ਜੀ ਟਾਈਮ ਘਰ ਜਾਣ ਦਾ, ਪੂਰੇ ਥੱਕ ਗਏ ਆ, ਹੈ ਨਾ, ਬਾਹਾਂ ਥੱਕ ਗਈਆਂ ਬੋਲਿੰਗ ਖੇਡ ਖੇਡ ਕੇ। ਮੈਨੂੰ ਤਾਂ ਛੱਡੋ ਹੁਣ, ਇੰਨੀ ਹੋਈ ਉਹ ਫੀਲ ਬਈ। ਤੁਹਾਡਾ ਕੀ ਕਹਿਣਾ ਇਸ ਬਾਰੇ? ਨੋ ਕਮੈਂਟ ਉਹੀ ਮੈਂ ਬਸ ਇੱਕ ਹੀ ਚੀਜ਼ ਲੈ ਕੇ ਆਇਆ, ਚੱਲੀ ਜਿਹੜੇ ਤੁਸੀਂ ਜਿੱਤ ਕੇ ਚੱਲੇ, ਜਿੱਤ ਕੇ ਚੱਲੇ ਜਿਹੜੀਆਂ ਤੁਸੀਂ, ਹੈ ਨਾ, ਮੈਂ ਆਪਣੀ ਇੱਜ਼ਤ ਗਵਾਈ ਆਪਣੀਆਂ ਨਜ਼ਰਾਂ ਤੁਹਾਡੀਆਂ ਨਜ਼ਰਾਂ। ਜਸ ਭਾਈ ਮੈਨੂੰ ਕਹਿੰਦੇ ਹੈ ਨਾ, ਮੈਂ ਪਹਿਲੀ ਬੋਲ ਸੁੱਟੀ ਸਾਈਡ 'ਤੇ ਗਈ, ਜਸ ਭਾਈ ਕਹਿੰਦੇ ਭਾਈ ਵੀਰ ਨੂੰ ਨਹੀਂ ਖੇਡਣਾ ਆਉਂਦਾ ਜੇ, ਕਿਉਂਕਿ ਫਿਰ ਲਾਸਟ ਟਾਈਮ ਬਹੁਤ ਬੁਰਾ ਮੈਂ ਖੇਡਿਆ ਸੀ, ਲਾਸਟ ਟਾਈਮ ਮੈਂ ਡਿੱਗ ਚੱਲਣਾ ਸੀ, ਪਰ ਐਰ ਕੀ ਜਸ ਭਾਈ ਮੰਨਦੇ ਟੈਲੈਂਟ ਹੈਗਾ ਨਾ ਟੈਲੈਂਟ, ਚੱਲ ਤੁਸੀਂ ਸਮਝ ਕੇ ਆਉਣਾ ਨਾ, ਕੋਈ ਕਿਸੇ ਨੂੰ ਨਾ ਥੋੜ੍ਹੀਆਂ ਮਿਰਚਾਂ ਲੱਗ ਰਹੀਆਂ ਨੇ, ਕਿਉਂਕਿ ਕੋਈ ਹਾਰਿਆ। ਅਤੇ ਚਲੋ ਜੀ, ਮਿਲਦੇ ਹੁਣ ਘਰ ਦੀ ਤਿਆਰੀ, ਅਤੇ ਮਿਲਦੇ ਹਾਂ ਅਗਲੇ ਵਲੌਗ 'ਚ। ਬਾਏ, ਟੇਕ ਕੇਅਰ, ਚੈਨਲ ਨੂੰ ਸਬਸਕ੍ਰਾਈਬ ਕਰ ਲਓ।